ਮੈਨੂੰ ਮਾੜੀ ਜਿਹੀ ਭੁੱਖ ਲੱਗੀ ਹੈ, ਇੱਕ ਮਿੰਟ ਹੈ, ਮੈਂ ਮਾੜੀ ਗੱਚਾ ਖਾ ਲਾਂ ਹੈ। ਬੇੜਾ ਗਰਕ ਪੋਲੇ ਦਾ ਯਾਰ, ਲੂਣ ਵਾਲੀ ਗੱਚਾ ਕੌਣ ਬਣਾਉਂਦਾ ਆ? ਇੱਕ ਮਿੰਟ ਮੈਂ ਫੋਨ ਕਰ ਲਾਂ ਜਰਾ ਭੋਲੇ ਨੂੰ, ਇੱਕ ਮਿੰਟ। ਹੈਲੋ ਯਾਰ, ਤੈਨੂੰ ਅਕਲ ਉਕਲ ਹੈਗੀ ਹੈ ਕਿ ਨਹੀਂ ਯਾਰ? ਲੂਣ ਵਾਲੀ ਗੱਚਾ ਕੌਣ ਬਣਾਉਂਦਾ ਆ? ਤੈਨੂੰ ਪਤਾ ਮੈਨੂੰ ਕਿੰਨੀ ਭੁੱਖ ਲੱਗੀ ਹੋਈ ਸੀਗੀ, ਮਸਾਂ ਮੈਂ ਖਾਣ ਲੱਗੀ ਸੀ ਗੱਚਕ ਦੇ ਉੱਤੋਂ ਚੱਕ ਕੇ ਲੂਣ ਵਾਲੀ। ਤੂੰ ਨਾ, ਨਹੀਂ ਮੈਨੂੰ ਨਹੀਂ ਚਾਹੀਦੀ, ਰਹਿਣ ਦੇ, ਤੂੰ ਫੋਨ ਨਾ ਕਰੀ ਮੈਨੂੰ। ਆਹੋ ਚੰਗਾ ਬਾਈ। ਬੇਵਾਕੂਫ ਕਿਸੇ ਦਾ ਆਉਂਦਾ ਯਾਰ, ਹੁਣ ਮੈਂ ਗੱਚਕ ਦੱਸ ਕਿੱਥੋਂ ਖਾਵਾਂ? ਹੁਣ ਕੌਣ ਲਿਆਊਗਾ ਮੇਰੇ ਲਈ ਮਿੱਠੀ ਗੱਚਕ? ਸ਼ੌਂਕਨ ਜੀ, ਹਾਏ, ਤੁਸੀਂ ਕੀ ਲੈ ਕੇ ਆਏ ਆ ਮੇਰੇ ਲਈ? ਗੈਸ ਕਰੋ, ਤੁਸੀਂ ਹਜੇ ਕੀ ਮੰਗਿਆ ਸੀ ਰੱਬ ਤੋਂ? ਯਾਰ ਭੋਲੇ ਦਾ ਬੇੜਾ ਗਰਕ ਕਰਨਾ, ਮੈਂ ਤੈਨੂੰ ਕੁੱਟਣਾ ਜਾ ਕੇ। ਹਾਏ, ਤੁਸੀਂ ਮੇਰੇ ਲਈ ਗੱਚਕ ਲੈ ਕੇ ਆਏ ਹੋ? ਜੀ ਜੀ, ਮਿੱਠੀ ਹੈ ਨਾ ਇਹ? ਮਿੱਠੀ ਆ, ਪੂਰੀ ਚੈੱਕ ਕੀਤੀ ਹੈ ਮੈਂ ਆਪ ਖਾ ਕੇ। ਅੱਛਾ, ਥੋੜੀ ਜਿਹੀ ਤਾਂ ਮੈਂ ਖਤਮ ਵੀ ਕਰਤੀ। ਅੱਛਾ, ਖਾ ਲਾ ਨਾ ਮੈਂ। ਹੁਣ ਦੱਸੋ ਸਵਾਦ। ਓਏ ਹੋਏ ਹੋਏ ਹੋਏ, ਇਹ ਭੋਲੇ ਨੂੰ ਮੈਂ ਨਾ ਤਾਂ ਸੈਂਪਲ ਦੇ ਕੇ ਆਉਣਾ ਆ ਕਿ ਇਦਾਂ ਦੀ ਤੁਹਾਡੇ ਹੀ ਆ ਸ਼ੌਂਕਣ ਜੀ? ਸਾਰਾ ਤੁਹਾਡਾ, ਸਾਰਾ ਮੇਰਾ, ਸਾਰਾ ਤੁਹਾਡਾ ਇਹ। ਹਾਏ, ਪਰ ਇਦਾਂ ਨਹੀਂ ਨਾ, ਤੁਸੀਂ ਦੇਖੋ, ਤੁਸੀਂ ਵੀ ਖਾਓ ਥੋੜੀ ਜਿਹੀ। ਪਰ ਇਹ ਨਾ ਛਾਬਾ ਮੈਂ ਦੇਖਿਆ ਹੋਇਆ, ਛਾਬਾ ਤੁਸੀਂ ਉਹ ਗਾਣਾ ਸੀ ਨਾ, ਦੱਸ ਮੇਰੇ ਆ ਦਿਲਬਰ? ਹਾਂਜੀ ਬਿਲਕੁਲ ਜੀ, ਉਹੀ ਹੈ ਇਹ, ਸਪੈਸ਼ਲੀ ਲੈ ਕੇ ਆਈ ਹਾਂ ਤੁਹਾਡੇ ਵਾਸਤੇ। ਹਾਏ, ਤੁਸੀਂ ਆਪ ਸਜਾਇਆ ਮੇਰੇ ਲਈ? ਬਿਲਕੁਲ ਬਿਲਕੁਲ, ਜਿੰਨਾ ਕਿ ਪਿਆਰ ਨਾਲ ਮੈਂ ਤਰਸੇਮ ਜੀ ਵਾਸਤੇ ਸਜਾਇਆ ਸੀ, ਉਸ ਤੋਂ ਜ਼ਿਆਦਾ ਪਿਆਰ ਨਾਲ ਤੁਹਾਡੇ ਨਾਲ ਤੁਹਾਡੇ ਵਾਸਤੇ ਸਜਾਇਆ। ਸੋ ਫਾਈਨਲੀ ਅੱਜ ਮੇਰੇ ਸੁਪਨੇ ਚਾਹੀਏ ਜੀ, ਸਿਮੀ ਚਾਹਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਠੀਕ ਹੋ ਨਾ ਤੁਸੀਂ? ਹਾਂਜੀ ਸ਼ੌਂਕਨ ਜੀ, ਤੁਸੀਂ ਸੁਣਾਓ? ਮੈਂ ਵੀ ਠੀਕ ਹਾਂ, ਮੇਰਾ ਬੜਾ ਚਿਰ ਦਾ ਸੀ ਕਿ ਹਾਏ ਮੈਂ ਸਿਮੀ ਮੇਰੇ ਸੁਪਨੇ 'ਚ ਆਵੇ, ਸਿਮੀ ਤੇ ਫਾਈਨਲੀ ਅੱਜ ਗੱਚਕ ਲੈ ਕੇ ਆਈ। ਐਗਜੈਕਟਲੀ, ਦੇਖ ਲਓ ਮਿੱਠਾ ਲੈ ਕੇ ਆਈ ਹਾਂ ਮੈਂ। ਤੁਸੀਂ ਵੀ ਖਾਓ ਨਾ ਫਿਰ ਥੋੜ੍ਹੀ ਜਿਹੀ। ਹਾਂ ਹਾਂ ਜ਼ਰੂਰ, ਮੈਨੂੰ ਤਾਂ ਰੱਬ ਦੇਵੇ ਮਿੱਠਾ। ਮਿੱਠਾ ਪਸੰਦ ਹੈ ਤੁਹਾਨੂੰ? ਬਹੁਤ ਬਹੁਤ ਜ਼ਿਆਦਾ ਖਾਂਦੇ ਹੋ? ਮੈਂ ਇੰਨਾ ਔਖਾ ਨਾ ਮੈਂ ਵਾਸਤੇ ਕੰਟਰੋਲ ਕਰਨਾ, ਮੇਰੇ ਕਰਕੇ ਕੰਟਰੋਲ ਕੀਤਾ ਹੋਇਆ ਸੀ। ਤੁਸੀਂ ਥੋੜ੍ਹੀ ਟਿਪਸ ਦਿਓ ਮੈਨੂੰ। ਮਿੱਠਾ ਨਾ ਖਾਂਦੀ? ਲੂਣ ਵਾਲੀ ਗੱਚਕ ਲੈ ਜਾਓ ਭੋਲੇ ਦੀ। ਨਹੀਂ, ਲੂਣ ਜ਼ਿਆਦਾ ਮੋਟਾ ਕਰਦਾ, ਸੋਡੀਅਮ ਬਲੋਟਿੰਗ ਕਰਦਾ। ਸੌਰੀ, ਸਾਇੰਸ ਚਲੇਗਾ ਆਪਾਂ, ਸਾਇੰਸ ਨਹੀਂ ਆਉਂਦੀ ਯਾਰ ਮੈਨੂੰ, ਸਾਰੇ ਆਉਂਦੇ ਕਿ। ਅੱਛਾ, ਬੁੱਝਣ ਬੁਝਾਉਣ 'ਚ ਕਿੰਨੇ ਕੁ ਤੇਜ਼ ਹੋ ਫਿਰ? ਨਹੀਂ ਜ਼ਿਆਦਾ, ਜੇ ਪੰਜਾਬੀ 'ਚ ਪੁੱਛੋਗੇ ਤਾਂ ਨਹੀਂ, ਬਿਲਕੁਲ ਪੰਜਾਬੀ ਨਹੀਂ ਹੋਣੀ ਕਿ। ਆਈ ਐਮ ਸੌਰੀ, ਮੈਂ, ਮੈਨੂੰ ਸਾਰੇ ਨੂੰ ਲੱਗਦਾ ਮੇਰੀ ਪੰਜਾਬੀ ਸੁਣ ਕੇ ਵੀ ਜਿੱਦਾਂ ਮੈਂ ਪੰਜਾਬ 'ਚ ਪਲੀ ਬੜੀ ਹੁੰਦੀ ਹਾਂ, ਪਰ ਮੈਂ ਇੱਥੋਂ ਨਹੀਂ ਹਾਂ, ਮੈਂ ਹਰਿਆਣਾ 'ਚ ਜੰਮੀ ਅਤੇ ਪਲੀ ਬੜੀ ਹਾਂ, ਅਤੇ ਆਈ ਹੈਵ ਆਲਵੇਸ ਬਿਨ ਇਨ ਇੰਗਲਿਸ਼ ਐਂਡ ਹਿੰਦੀ ਐਕਚੁਅਲੀ। ਪਰ ਤੁਹਾਡੀ ਪੰਜਾਬੀ ਸੁਣ ਕੇ ਦੈਟਸ ਮੋਮ, ਓ ਵਾਹਿਗੁਰੂ ਜੀ, ਮੰਮੀ ਤੇ। ਹਾਂਜੀ, ਪਰ ਪੰਜਾਬੀ ਦੀ ਬੁਝਾਰਤ ਤਾਂ ਨਹੀਂ ਆਉਣਗੀ ਮੈਂ ਬਿਲਕੁਲ ਪੰਜਾਬੀ, ਬਟ ਆਈ ਟ੍ਰਾਈ ਮਾਈ ਬੈਸਟ। ਹਾਂ, ਮੈਂ ਪ੍ਰੋਪਰ ਹਿੰਟ ਦਊਂਗੀ ਤੁਹਾਨੂੰ। ਆਈ ਆਈ ਲਵ ਪੰਜਾਬ, ਆਈ ਲਵ ਪੰਜਾਬੀ, ਆਈ ਲਵ ਪੰਜਾਬ ਟੂ, ਆਈ ਲਵ ਯੂ। ਚਲੋ ਠੀਕ ਹੈ, ਪਹਿਲੀ ਬੁਝਾਰਤ ਪੁੱਛਾਂ? ਹਾਂਜੀ ਹਾਂਜੀ, ਚਲੋ ਮੈਂ ਪ੍ਰੋਪਰ ਹਿੰਟ ਦਊਂਗੀ ਤੁਹਾਨੂੰ। ਯਾ ਯਾ ਯਾ, ਤਿੰਨ ਲਫ਼ਜ਼ਾਂ ਦਾ ਦੇਸ਼ ਹੈ, ਜਾਨੇ ਲੱਖ ਕਰੋੜ, ਪਿੱਠ ਕੱਟੇ ਬਣ ਜਾਵਦਾ, ਪੰਜ ਉਂਗਲਾਂ ਦਾ ਜੋੜ। ਇੱਕ ਵਾਰੀ ਫਿਰ ਬੋਲਾਂ, ਪੰਜ ਉਂਗਲਾਂ ਦਾ ਜੋੜ। ਇਹ ਆਪਾਂ ਹੁਣੇ ਗਿਆ ਆ, ਰੀਸੈਂਟਲੀ। ਓਹੋ, ਹੁਣੇ ਹੀ, ਜਸਟ ਅ ਸੈਕਿੰਡ। ਸੈਕਿੰਡ ਉਂਗਲਾਂ, ਪੰਜ ਉਂਗਲਾਂ, ਹੱਥ ਕੀ? ਤਿੰਨ ਲਫ਼ਜ਼ਾਂ ਦਾ ਦੇਸ਼ ਹੈ, ਦੇਖੋ ਤਿੰਨ ਲਫ਼ਜ਼ਾਂ ਦਾ ਦੇਸ਼ ਹੈ, ਮੈਂ ਤਾਂ ਹੱਥ ਵਾਲੀ ਦੇਖੀ ਜਾਂਦੀ ਹਾਂ ਹੁਣ। ਜਾਨੇ ਲੱਖ ਕਰੋੜ, ਪਿੱਠ ਕੱਟੇ ਬਣ ਜਾਵਦਾ, ਪੰਜ ਉਂਗਲਾਂ ਦਾ ਜੋੜ। ਪੰਜਾਬ, ਯੈਸ, ਯਾ, ਓ, ਆਈ ਪ੍ਰਾਊਡ ਆਫ ਮਾਈਸੈਲਫ। ਕਿਹਾ ਸੀ ਨਾ ਮੈਂ? ਹਾਂਜੀ, ਪੰਜਾਬ, ਯਾ, ਇਹ ਤਾਂ ਠੀਕ ਆ, ਸਮਝ ਗਿਆ। ਹੁਣ ਜਿਹੜੀ ਅਗਲੀਆਂ ਤਿੰਨ ਨੇ ਨਾ, ਇਹ ਬੁਝਾਰਤਾਂ ਨਹੀਂ ਹੈਗੀਆਂ, ਇੱਕ ਨਾ ਕਾਮਨ ਸੈਂਸ ਆ, ਓਕੇ, ਯਾ ਕਹਿ ਲਓ, ਯਾ ਕਹਿ ਲਓ ਕਿ ਬਹੁਤ ਜ਼ਿਆਦਾ ਤੁਸੀਂ, ਮਤਲਬ ਬੰਦਾ ਸੋਚਦਾ ਹੈ ਵੀ ਇੱਦਾਂ ਹੈ ਕਿ, ਪਰ ਉੱਦਾਂ ਹੀ ਨਹੀਂ ਹੁੰਦਾ ਹੈਗਾ, ਠੀਕ ਹੈ। ਤੀਸਰਾ ਜੋ ਹੈਗਾ ਜੀ, ਕਿਹੜੀ ਘੋੜੀ 'ਤੇ ਲਾੜਾ ਨਹੀਂ ਬੈਠਦਾ? ਦਨਾਲੀ ਵਾਲੀ ਘੋੜੀ ਤੇ, ਇਹ ਨਹੀਂ ਸੋਚਿਆ ਸੀ ਮੈਂ। That has a ਘੋੜੀ too, right? ਹਿੰਟ ਦਿਓ ਤੁਸੀਂ, ਤੁਸੀਂ ਕਹਿੰਦੇ ਹਿੰਟ ਦੋਗੇ। ਹੁਣ ਜੇ ਮੈਂ ਉਹ ਹਿੰਟ ਹੀ ਦੇਤਾ, ਉਹੀ ਜਵਾਬ ਆ। ਘੋੜੀ, ਕਿਹੜੀ ਘੋੜੀ ਤੇ ਲਾੜਾ ਨਹੀਂ ਬੈਠਦਾ? ਆਪਾਂ ਛੋਟੇ ਹੁੰਦੇ ਬੱਚੇ ਉਹ ਸਪੈਸ਼ਲੀ ਲੱਕੜੀ ਦੀ ਕਾਠੀ ਪੇ ਘੋੜੀ, ਘੋੜਾ ਘੋੜਾ ਘੋੜੇ ਕੀ ਦੁਮ ਪੇ ਜਮਾਰਾ ਤੁਹਾਡਾ, ਲੱਕੜ ਦੀ ਘੋੜੀ। ਉਹ ਕਿਹੜਾ ਫੁੱਲ ਹੈ ਜੋ ਨਾ ਦਰਖਤ ਨੂੰ ਲੱਗਦਾ ਤੇ ਨਾ ਹੀ ਕਿਸੇ ਬੂਟੇ ਨੂੰ? ਉਹ ਕਿਹੜਾ ਫੁੱਲ ਆ ਜਿਹੜਾ ਨਾ ਤਾਂ ਕਿਸੇ ਦਰਖਤ ਨੂੰ ਲੱਗਦਾ ਤੇ ਨਾ ਹੀ ਕਿਸੇ ਬੂਟੇ ਨੂੰ? ਹਿੰਟ, ਆਪਣੀ ਪੰਜਾਬੀ ਸੱਭਿਆਚਾਰ ਦੇ ਨਾਲ ਉਹ ਕੁੜੀ, ਸੱਗੀ ਫੁੱਲ। ਯੈਸ, ਸੱਗੀ ਫੁੱਲ, ਤੁਸੀਂ ਕਹਿ ਰਹੇ ਸੀ ਮੈਨੂੰ ਆਉਂਦਾ ਨਹੀਂ, ਦੇਖ ਲਓ। ਓ ਯਾਰ, ਆਈ ਐਮ ਵੈਰੀ ਇੰਟੈਲੀਜੈਂਟ, ਮੈਨੂੰ ਲੱਗ ਗਿਆ ਪਤਾ। ਲਾਸਟ ਦਿਮਾਗ ਹੀ ਆ। ਉਹ ਕਿਹੜੀ ਨਰਸਰੀ ਹੈ ਜਿੱਥੋਂ ਬੂਟੇ ਨਹੀਂ ਮਿਲਦੇ? ਨਰਸਰੀ ਜਿਹ 'ਚ ਪੜ੍ਹਨ ਜਾਂਦੇ ਸੀ ਆਪਾਂ,
ਉਹ ਕਿਹੜੀ ਨਰਸਰੀ ਹੈ ਵੈਸੇ ਜਿੱਦਾਂ ਆਪਾਂ ਨਰਸਰੀ ਕਲਾਸ ਜੀ ਚ ਪੜਨ ਜਾਂਦੇ ਸੀ ਉੱਥੇ ਹਾਂ ਜੀ ਚ ਪੜਨ ਜਾਂਦੇ ਸੀ ਓਏ ਹੋਏ ਹੋਏ ਨਹੀਂ ਆ ਤਾਂ ਲੂਣ ਵਾਲੀ ਆ ਭੋਲੇ ਆ ਦਨ ਤਾਂ ਬਾਅਦ ਚ ਦੱਸੋ ਮੈਂ ਤੁਸੀਂ ਆ ਖਾਓ ਮੈਂ ਆਪਣੀ ਵਾਲੀ ਦੇ ਲਓ ਮੈਂ ਤੁਹਾਡੇ ਤੋਂ ਜ਼ਿਆਦਾ ਮੈਂ ਖਾਈ ਜਾਂਦੀ ਆ ਆਪਣਾ ਗਿਫਟ ਤੁਸੀਂ ਦੇਖੋ ਇੰਨਾ ਸਵਾਦ ਗਿਫਟ ਲੈ ਕੇ ਆਇਆ ਮੈਂ ਤਾਂ ਖਾ ਰਹੀ ਆ ਪਰ ਦੇਖੋ ਸ਼ੌਂਕਨ ਤੁਹਾਨੂੰ ਵੀ ਗਿਫਟ ਤਾਂ ਜ਼ਰੂਰ ਦੇਗਾ I remember ਤੁਹਾਨੂੰ ਮਿੱਠਾ ਬਹੁਤ ਜ਼ਿਆਦਾ ਪਸੰਦ ਆ ਨਾ I love it ਮੈਨੂੰ ਗੁੜ ਬਹੁਤ ਪਸੰਦ ਆ ਐਕਚੁਅਲੀ ਮੈਂ ਸ਼ੂਗਰ ਦਾ ਯੂਜ਼ ਨਹੀਂ ਕਰਦੀ ਤੇ I love this ਮੈਂ ਚਾਹ ਵੀ ਨਹੀਂ ਪੀਂਦੀ ਜ਼ਿਆਦਾ ਪਰ ਜੇ ਕਦੀ ਬਿਮਾਰ ਹੋਵਾਂ ਮੈਂ ਉਹ ਮੰਮੀ ਬਣਾ ਕੇ ਦਿੰਦੇ ਹੁੰਦੇ ਨੇ ਉਹ ਸੌਂਫ ਸੂਂਫ ਲੌਂਗ ਇਲਾਚੀ ਤੇ ਮੈਂ ਹਮੇਸ਼ਾ ਗੁੜ ਪਵਾਉਂਦੀ ਹਾਂ ਮੈਂ ਕਦੀ ਵੀ ਸ਼ੂਗਰ ਨਹੀਂ ਬੜੀ ਸਵਾਦ ਬਣਦੀ ਆ ਚਾਹ ਹੁਣ ਆਪਾਂ ਖੇਡਾਂਗੇ ਆਪਣੀ ਬਟ ਮਿਲੂਗਾ ਪਿਟਾਰਾ ਪਿਟਾਰਾ ਵਾਲੀ ਮੈਨੂੰ ਨਾ ਇਹ ਬਹੁਤ ਪਸੰਦ ਆ ਮੁੱਛਾਂ ਦੇ ਨਿਕਲੀਆਂ ਇਹਨੇ ਤੁਸੀਂ ਨਹੀਂ ਖੋਲੂਗੇ ਮੈਂ ਖੋਲੂ ਆਮ ਨਾਟ ਅ ਮੈਨ ਨਹੀਂ ਤਾਂ ਮੇਰੇ ਹੋਣੀਆਂ ਸੀ ਬਹੁਤ ਕਰੋਣੀਆਂ ਵੈਂਦੀਆਂ ਨੇ ਹੁਣ ਚਲੋ ਅੱਖਾਂ ਮੈਂ ਤੁਹਾਨੂੰ ਮੈਂ ਉਹ ਸੌਰੀ ਆਮ ਦਾ ਕਿਊਰੀਅਸ ਕਿਡ ਜਿਹਨੂੰ ਹੁੰਦਾ ਨਹੀਂ ਉਹ ਦੱਸੋ ਦੱਸੋ ਕੋਲ ਦੱਸੋ ਕੀ ਆ ਦੱਸੋ ਕੀ ਆ ਓਕੇ ਅੱਖਾਂ ਬੰਦ ਕਰੋ ਓਕੇ ਤੇ ਖੁੱਲ ਜਾ ਸਿਮ ਓਕੇ So that's a bike? No, that's a radio? Yeah. That's a radio! Oh, that's my favorite color. By the way, I love this color. I'm obsessed with it. It's chalda bhi hai. I might end up dancing. Main nachan lag raha na. Minnu, this is Rab the Radio. This is the movie which came last year. And minnu neon colors da bahut shauk ha. I love bright colors. Te hanji, Rab the Radio. ਰੱਬ ਦਾ ਰੇਡੀਓ ਦੇ ਨਾਲ ਵੈਸੇ ਤਾਂ ਸਾਰੀਆਂ ਯਾਦਾਂ ਜੁੜੀਆਂ ਹੋਣੀਆਂ ਤੁਹਾਡੀਆਂ ਨਾ ਪ੍ਰੀਸ਼ੀਅਸ ਮੋਮੈਂਟਸ ਹੋਣੇ ਆ ਹਾਂਜੀ ਪਰ ਸਭ ਤੋਂ ਜ਼ਿਆਦਾ ਮਤਲਬ ਕਿਹੜੀ ਵਧੀਆ ਯਾਦ ਆ ਜਿਹੜੀ ਹਾਂ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਐਕਚੁਅਲੀ ਦੇਰ ਵਾਸ ਦਿਸ ਵਨ ਸੀਨ ਜਿਹੜਾ ਮੈਨੂੰ ਬਹੁਤ ਪਿਆਰਾ ਲੱਗਦਾ ਸੀ ਤੇ ਜਦੋਂ ਮੈਂ ਡਬਿੰਗ ਕਰਨ ਗਈ ਮੈਨੂੰ ਉਹ ਦਿਸਿਆ ਨਹੀਂ ਸੀਨ ਮੂਵੀ 'ਚ ਅੱਛਾ ਤੇ ਮੈਂ ਕਿਹਾ ਸਰ ਉਹ ਸੀਨ ਜਸਵੀਰ ਨੂੰ ਮੈਂ ਪੁੱਛਿਆ ਜਸ ਸਰ ਜਸ ਗਰੇਵਾਲ ਜਿਨ੍ਹਾਂ ਨੇ ਮੂਵੀ ਲਿਖਿਆ ਇਜ਼ ਵੈਰੀ ਕਲੋਜ਼ ਟੂ ਮੀ ਇਜ਼ ਲਾਈਕ ਅ ਬ੍ਰਦਰ ਐਂਡ ਮੈਂ ਕਿਹਾ ਵੀਰੇ ਉਹ ਸੀਨ ਅਤੇ ਉਹ ਟੀਮ 'ਚੋਂ ਕਈ ਲੋਕ ਸੀ ਜਿਨ੍ਹਾਂ ਨੂੰ ਉਹ ਨਹੀਂ ਇੰਨਾ ਕੁਛ ਖਾਸ ਲੱਗਿਆ ਉਹਨਾਂ ਨੂੰ ਲੱਗਿਆ ਨਹੀਂ ਔਰ ਆਈ ਇਟ ਵਾਸ ਵੈਰੀ ਸਪੈਸ਼ਲ ਟੂ ਮੀ ਅੱਛਾ ਅਤੇ ਮੈਂ ਥੋੜ੍ਹੀ ਬਹਿਸ ਕਰਕੇ ਮਤਲਬ ਮਿੰਤਾ ਕਰਕੇ ਕੁਛ ਵੀ ਲਾ ਲਓ ਮੈਂ ਕਿਹਾ ਉਹ ਪਲੀਜ਼ ਪਵਾਇਓ ਅਤੇ ਇਟ ਵਾਸ ਦ ਸੀਨ ਹੈਵ ਯੂ ਸੀਨ ਦ ਮੂਵੀ ਯੈਸ ਗੁੱਡ ਯੈਸ ਅਤੇ ਉਹ ਜਿੱਥੇ ਉਹਨਾਂ ਨੂੰ ਜਿੱਥੇ ਗੁੱਡੀ ਦੇ ਕੈਰੇਕਟਰ ਨੂੰ ਤਰਸੇਮ ਜੀ ਦਿਸਦੇ ਨੇ ਸੁਪਨੇ 'ਚ ਅਤੇ ਉਹ ਕਹਿੰਦੇ ਵਾਹਿਗੁਰੂ 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 ਆਈ ਲਵਡ ਇਟ ਬਿਕਾਜ਼ ਉਹ ਇੰਨਾ ਇਨੋਸੈਂਟ ਸੀਨ ਆ ਨਾ ਅਤੇ ਐਕਚੁਅਲੀ ਉਦੋਂ ਕੁੜੀਆਂ ਜਿੱਦਾਂ ਹੁਣ ਉਹ ਕੈਰੇਕਟਰ ਸੀ 18-19 ਸਾਲ ਦਾ ਤੇ ਉਹ ਪੀਰੀਅਡ 'ਚ ਨਾ 1960s 1970s 'ਚ ਉਦਾਂ ਨਹੀਂ ਹੁੰਦੀਆਂ ਸੀ ਕੁੜੀਆਂ ਬਿਕਾਜ਼ ਦੇ ਵਰ ਨਾਟ ਇੰਨਾ ਐਕਸਪੋਜ਼ਰ ਨਹੀਂ ਸੀ ਕੁਛ ਨਹੀਂ ਸੀ ਐਂਡ seeing a guy in a dream is like something huge and oh jadi odi innocence na vaheguru vaheguru ye mere sapne ch bhi dikh gaya so and she's so scared bhi hi 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 vaheguru 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 like it's an offense bhi hi mainu maaf kar do so that was the oh scene matlab main thoda ja idda karke pawaya si ki please pa do cuz I really like it chalo ji kariye age haan ji haan ji acha okay chalo velna velna ਇਹਦੇ ਨਾਲ ਆਲ ਆਈ ਕੈਨ ਰਿਮੈਂਬਰ ਇਜ਼ ਰੋਟੀਆਂ ਪਕਾਉਣੀਆਂ ਆਈ ਲਵ ਕੁਕਿੰਗ ਆਈ ਐਬਸੋਲੂਟਲੀ ਲਵ ਕੁਕਿੰਗ ਹਾਂ ਲੱਗਦਾ ਨਹੀਂ ਨਾ ਦੇਖਿਆ ਹੈਰਾਨੀ ਸ਼ੰਕਨ ਜੀ ਦੀ ਹੈ ਯੂ ਕੈਨ ਇਵਨ ਕੁਕ ਹਾਂਜੀ ਆਈ ਕੈਨ ਸੋ ਆਈ ਲਵ ਕੁਕਿੰਗ ਤੇ ਮੈਂ ਬਹੁਤ ਆਈ ਵਾਸ ਆਈ ਗੈਸ ਮੈਂ 8th ਗ੍ਰੇਡ 'ਚ ਹੁੰਦੀ ਸੀ ਜਦੋਂ ਮੈਂ ਰੋਟੀਆਂ ਵੇਲਣੀਆਂ ਜਦੋਂ ਪਹਿਲੀ ਵਾਰੀ ਬਣਾਉਣੀ ਸ਼ੁਰੂ ਕਰਤੀਆਂ ਸੀ ਸਿੱਖਣੀਆਂ ਮਤਲਬ ਐਂਡ ਆਈ ਕੈਨ ਮੇਕ ਗੋਲ ਰੋਟੀ ਸੋ ਯਾ ਡੋਂਟ ਮੈਰੀ ਮੀ ਬਟ ਸਟਿਲ ਡੋਂਟ ਮੈਰੀ ਮੀ ਆਈ ਲਵ ਕੁਕਿੰਗ ਯਾ ਬੇਸਿਕਲੀ ਸੋ ਯੈਸ ਓਕੇ ਚਲੋ ਆਈ ਡੋਂਟ ਵਾਂਟ ਟੂ ਚੀਟ ਓਕੇ ਓਕੇ ਪਹਿਲੀ ਵਾਰ ਸ਼ੌਂਕਨ ਦੇ ਸੁਪਨੇ ਚ ਆ ਵਿੱਚ ਜਦੋਂ ਨਾ ਦੈਟਸ ਨਾਈਸ ਓਕੇ ਆਈ ਲਵ ਐਨੀਮਲਸ ਓਕੇ ਆਈ ਵਿਲ ਬੀ ਓਨੈਸਟ ਪਹਿਲੇ ਵਾਰੀ ਆ ਜਿਹੜੀ ਕੁੜੀ ਨੂੰ ਫੜ ਕੇ ਕਰੀ ਦੈਟ ਇਜ਼ ਸੋ ਨਾਈਸ ਸਾਰੀਆਂ ਨੇ ਮੇਰੇ ਵੱਲ ਹੀ ਸੁੱਟੇ ਆ ਪਤਾ ਤੁਹਾਨੂੰ ਹੁਣ ਤੱਕ ਯਾਰ ਇਹ ਤਾਂ ਹੈਗਾ ਵੀ ਰਬੜ ਦਾ ਮਿੰਤ ਤੁਸੀਂ ਅਸਲੀ ਵੀ ਕੱਢ ਕੇ ਦੇ ਦਿੰਦੇ ਮੈਂ ਫਿਰ ਵੀ ਨਾ ਸੁੱਟਦੀ ਆਈ ਲਵ ਸਨੇਕਸ I love animals basically. I love animals. Matlab no matter what matlab mainu bahut vadhiya lagde ne janwar chahe kisi bhi type de hon. Achha. Matlab chahe sapp hove, kirli hove, kutta, billa, kuch bhi. Mainu bahut vadhiya lagde ne janwar. Achha. And I wish bhi eh jis matlab real hunda na maza hi aa janda. Achha fir main tha ki hona nahi si. Aur main the serial bare bolda par apa ek cookery show bahut dekhe ne. ਅੱਛਾ ਠੀਕ ਆ ਹਾਲਾਂਕਿ ਆਪਾਂ ਕਦੀ ਕੁਝ ਬਣਾਇਆ ਨਹੀਂ ਉਹ 'ਚੋਂ ਦੇਖਣ ਦਾ ਬੜਾ ਸ਼ੌਕ ਸੀ ਉਹ ਜਿਹੜਾ ਸੰਜੀਵ ਕਪੂਰ ਜੀ ਦਿਖਾਉਂਦੇ ਸੀ ਨਾ ਉਹ ਲੇਕਿਨ ਉਹ 'ਚ ਮੈਂ ਇੱਕ ਚੀਜ਼ ਅਡਾਪਟ ਕੀਤੀ ਹੈ ਜਦੋਂ ਮੈਂ ਕੁੱਕ ਕਰਦੀ ਹਾਂ ਨਾ ਮੈਨੂੰ ਉਹ ਸ਼ੌਕ ਆ ਉਹਦਾ ਛੋਟੀ ਛੋਟੀ ਕੌਲੀਆਂ 'ਚ ਪਹਿਲਾਂ ਕੱਟ ਕੇ ਰੱਖਣਾ ਤਾਂ ਘੰਟਾ ਦਾ ਮੈਨੂੰ ਉਹ ਕੌਲੀਆਂ ਨੂੰ ਸਜਾਉਣ 'ਚ ਲੱਗ ਜਾਂਦਾ
ਪਹਿਲਾਂ ਮੈਂ ਇੰਨਾ ਜਿਹਾ ਪਿਆਜ ਕੱਟ ਕੇ ਰੱਖ ਲਿਆ, ਫਿਰ ਮੈਂ ਟਮਾਟਰ, ਫਿਰ ਮੈਂ ਅਦਰਕ, ਫਿਰ ਮੈਂ ਪ੍ਰਟੈਂਡ ਕਰਦੀ ਹਾਂ ਮੈਂ ਉਹਦੇ ਵਾਂਗੂ ਪਕਾ ਰਹੀ ਹਾਂ, ਫਿਰ ਮੈਂ ਉਹਨਾਂ ਦਾ ਨਾਂ ਲੈ ਕੇ ਸੰਜੀਵ ਜੀ ਦਾ, ਫਿਰ ਮੈਂ ਬਹੁਤ ਵਧੀਆ ਕੁੱਕਾ ਮੈਂ ਤੁਹਾਨੂੰ ਖਵਾਉਂਗੀ ਕਦੀ, ਓਕੇ? ਪੱਕਾ ਆਪਣੇ ਮੂੰਹ 'ਚ ਹੀ ਤਾਰੀਫ ਕਰ ਰਹੀ ਹਾਂ। ਚਲੋ ਬੈਕ ਟੂ ਦਾ ਸੱਪ। ਸੱਪ ਬਹੁਤ ਵਧੀਆ ਲੱਗਦਾ ਮੈਨੂੰ। ਚਲੋ ਦੇਖੋ, ਤੁਸੀਂ ਇੰਨੀ ਵਧੀਆ ਪਿਟਾਰਾ ਵਾਲੀ ਗੇਮ ਖੇਡੀ ਆ, ਇੰਨਾ ਕੁਛ ਸਾਨੂੰ ਦੱਸਿਆ, ਗਿਆਨ ਵੀ, ਮੈਮੋਰੀਜ਼ ਵੀ, ਐਕਟਿੰਗ ਵੀ, ਕੁਕਿੰਗ ਵੀ, ਸਾਰਾ ਕੁਛ ਹੀ ਦੱਸਤਾ, ਸਾਰਾ ਕੁਛ ਇਸ ਖੁਸ਼ੀ ਦੇ ਵਿੱਚ ਨਹੀਂ, ਗਿਫਟ ਤਾਂ ਬੰਦਾ ਹੈ। ਹਾਈ, ਇੱਕ ਹੋਰ ਗੁੜ, ਇੱਕ ਹੋਰ ਗੁੜ ਦਾ ਪੀਸ, ਤੇ ਮੇਰੇ ਕੋਲ ਹੁਣ ਦੋ ਹੋ ਗਏ, ਇੱਕ ਮੁੰਡੇ ਵਾਸਤੇ, ਇੱਕ ਕੁੜੀ, ਦ ਬਲੂ ਐਂਡ ਦ ਪਿੰਕ ਐਂਡ ਦ ਪਿੰਕ। ਤਾਂ ਫਿਰ ਚਲੋ ਹੁਣ ਆਪਾਂ, ਥੈਂਕ ਯੂ ਜੀ, ਇਹਦੀ ਮੈਂ, ਇਹ ਮੈਂ ਦੁੱਧ 'ਚ ਪਾ ਕੇ ਪੀਆ ਕਰਨਾ। ਤੇ ਹੁਣ ਆਪਾਂ ਅਗਲੀ ਗੇਮ ਖੇਡੀਏ। ਹਾਂਜੀ ਹਾਂਜੀ, ਪਲੀਜ਼ ਚਲੋ ਖੱਡੋਗੇ ਜੀ, ਗੇਮ ਖੇਡੋ। ਚਲੋ, ਗਿੱਲੇ ਗਲਾਸ ਸਾਰੇ 30 ਹੈ ਨਾ? ਬਰਾਬਰ ਆ, ਬਿਲਕੁਲ। ਇਹ ਹੈਗੀ ਹੈ ਜੀ ਸਾਡੀ ਗੇਮ, ਇੱਥੇ ਰੱਖ। ਅੱਛਾ, ਇੱਥੇ ਰੱਖ। ਹਾਂ, ਇਹ ਜਿੱਦਾਂ ਯੈਲੋ ਗਲਾਸ ਆ ਨਾ, ਇਹ ਸਭ ਤੋਂ ਥੱਲੇ ਆਉਣਾ ਚਾਹੀਦਾ, ਮਤਲਬ ਇਹਨੂੰ ਆਪਾਂ ਕਰਾਂਗੇ ਇੱਦਾਂ, ਕਾਲੀ ਕਾਲੀ, ਔਰ ਓਕੇ ਦੋਨੋਂ ਇਕੱਠੇ ਕਰਾਂਗੇ। ਓਕੇ, ਜਿਹੜਾ ਸਭ ਤੋਂ ਪਹਿਲਾਂ ਕਰ ਗਿਆ ਉਹਨੂੰ ਮਿਲਣਗੇ ਮਿਲੀ ਮਿਲੀਆਂ ਗੋਲੀਆਂ ਹੋਰ ਜ਼ਿਆਦਾ। ਓਕੇ, ਇਹ ਮੈਂ ਕਰੇ ਲੈ ਸਾਰੀਆਂ, ਫਿਰ ਜਿਵੇਂ ਜਿੱਤ ਗਈ। ਹਾਂ, ਓਏ ਹੋਏ, ਚਲੋ ਕਰੀਏ ਸ਼ੁਰੂ। ਹਾਂਜੀ, ਚਲੋ, ਓਕੇ, ਸਟਾਰਟ। ਮੈਂ ਰੌਲਾ ਪਾ ਕੇ ਪਿੱਛੇ ਕਰ ਦੇਣਾ ਤੁਹਾਨੂੰ। ਦੇਖੋ, ਮੈਂ ਚੀਟਿੰਗ ਨਹੀਂ ਕਰ ਰਿਹਾ, ਬਟ ਦੇ ਆਰ ਆਲ ਕਮਿੰਗ ਇਨ। ਮੈਂ ਦੇਖ, ਮੈਂ ਦੇਖ, ਆਈ ਗਾਟ ਇਟ। ਓ ਮਾਈ ਗੋਡ, ਲੈ ਆ, ਤਾਂ ਬੜੀ ਤਗੜੀ ਵਾਲੀ ਚੀਟਿੰਗ ਆ, ਚੱਕ, ਲੈ ਚੱਕ, ਆਪਾਂ ਜਿੱਤ ਗਏ, ਆਪਾਂ ਦੋਨੋਂ ਜਿੱਤ ਗਏ, ਅਸੀਂ ਦੋਨੋਂ ਜਿੱਤ ਗਏ, ਆਪਾਂ ਦੋਨੋਂ ਜਿੱਤੇ, ਆਪਾਂ ਦੋਨੋਂ ਜਿੱਤੇ। ਇਹ ਆਪਾਂ ਅੱਧੀਆਂ ਅੱਧੀਆਂ ਲੈ ਕੇ ਜਾਣੀਆਂ ਨੇ ਘਰੇ, ਬਿਲਕੁਲ, ਹੁਣ ਇੱਕ ਦਫਾ ਲਓ। ਸ਼ੌਂਕਣ ਜੀ ਲੈ ਕੇ ਜਾਣਗੇ, ਅੱਧੀਆਂ ਮੈਂ ਲੈ ਕੇ ਜਾਊਂਗਾ, ਤੁਸੀਂ ਆ ਲਾਓ। ਆ ਸੋਹਣੀਆਂ ਨੇ ਤੁਹਾਡੇ ਲਈ, ਕੀ ਆ ਵਾਲੀਆਂ? ਪਿੰਕ, ਪਿੰਕ, ਆਈ ਲਵ ਪਿੰਕ। ਓ ਓ, ਇਹ ਮੈਂ ਲਾਉਣੀ ਆ, ਦੱਸ ਦਿਓ ਸਾਨੂੰ ਸੋਹਣੇ ਲੱਗਦੇ ਕਿ ਨਹੀਂ। ਠੀਕ ਆ, ਇਟਸ ਵੈਰੀ ਕੂਲ, ਹੈਂ, ਮੈਂ ਦੱਸ ਰਹਿਣਾ, ਸੋਹਣੀ ਲੱਗ ਰਹੀ ਆ। ਯਾ, ਓ, ਇਟਸ ਯੋ ਟੂ ਕੂਲ। ਤੇ ਆਪਾਂ ਫਿਰ ਉਹਨਾਂ ਹੈਸ਼ਟੈਗ ਬ੍ਰੇਕ ਲੈ ਲਈਏ। ਹਾਂਜੀ ਹਾਂਜੀ, ਬਿਲਕੁਲ, ਦੇਖ ਰਿਹਾ ਨਾ ਮੈਨੂੰ, ਇੱਕ ਮਿੰਟ, ਇੱਦਾਂ। ਹਾਂਜੀ, ਅੱਧਾ ਹੈਸ਼ਟੈਗ ਸਿਮੀ ਚਾਹਲ ਦਾ, ਅੱਧਾ ਹੈਸ਼ਟੈਗ ਸ਼ੌਂਕਣ ਦਾ, ਪੂਰਾ ਪੂਰਾ ਆ ਵੀ ਜੋੜ ਲਿਓ। ਹਾਂ, ਹੈਸ਼ਟੈਗ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੇ ਹੈਸ਼ਟੈਗ ਕਿੱਥੇ ਗਏ? ਬ੍ਰੇਕ ਤੋਂ ਬਾਅਦ, ਇੱਧਰ ਸ਼ੌਂਕਣ ਜੀ, ਇੱਧਰ। ਹੈਸ਼ਟੈਗ ਬ੍ਰੇਕ ਤੋਂ ਬਾਅਦ ਤੁਹਾਡਾ ਵੀ ਸਵਾਗਤ ਹੈ। ਮੈਨੂੰ ਲੱਗਦਾ ਤੁਹਾਨੂੰ ਦੇਖ ਲਈ ਆ, ਉਹ ਲਾ ਦਈਏ ਯਾਰ, ਇਹ ਤੱਕਾਂ ਵਾਲੀ ਪਾਤਾ ਸਾਨੂੰ, ਇੱਕ ਮਿੰਟ, ਇੱਦਾਂ ਰੱਖਦੇ ਇੱਦਾਂ ਸਜਾ ਕੇ। ਹਾਂ, ਲੈ, ਸਕੂਲ ਮੈਨ। ਅੱਛਾ, ਆ ਚੱਕੋ ਯਾਰ, ਯਾਰ ਇੱਕ ਨਾ ਪ੍ਰੋਗਰਾਮ ਕਰਾਉਣਾ ਸੀਗਾ, ਤੇ ਉਹਦੀ ਪੇਮੈਂਟ ਨਾ ਆ ਰਹੀ, ਇੱਕ ਮਿੰਟ, ਆ ਰਹਿ ਗਏ ਸ਼ੌਂਕਣ ਜੀ। ਹਾਂ, ਉਹਦੀ ਪੇਮੈਂਟ ਆ ਰਹੀ, ਇਹ ਤਾਂ ਪਾਣਾ ਪੇਮੈਂਟ ਤਾਂ ਮਤਲਬ। ਹਾਂ, ਪੇਮੈਂਟ, ਪਰ ਸਾਡੀ ਪੇਮੈਂਟ ਹੁਣ ਪਾਣ ਹੀ ਰਹੂਗੀ ਨਾ, ਅਸੀਂ ਤੁਹਾਨੂੰ ਹੁਣ ਪੈਸੇ ਕਿੱਥੋਂ ਦੇ ਦਈਏ? ਕਿਉਂ ਬਈ, ਕਿਉਂ? ਕਿਉਂਕਿ ਹੁਣ ਸਾਡੀ, ਦੇਖੋ, ਆਏ ਗੋਲਕ, ਬੁਗਨੀ, ਔਰ ਰੱਬਾ, ਬੈਂਕ। ਹਾਂਜੀ, ਤੇ ਬਟੂਆ ਇੱਥੇ ਰੱਖਦਾ ਨਾ? ਹਾਂਜੀ ਹਾਂਜੀ, ਬਿਲਕੁਲ। ਹਾਂ, ਇਹ ਬਟੂਆ, ਇਹਨਾਂ ਸਾਰਿਆਂ 'ਚ ਤੁਹਾਨੂੰ ਪਾਣ ਹੀ ਰਹਿ ਗਈ ਨਾ, ਪੈਸੇ ਤਾਂ ਸਾਰੇ ਤੁਸੀਂ ਲੈ ਕੇ ਨੱਠ ਗਏ ਹੋ। ਹਾਂ, ਇਹ ਤਾਂ ਹੈ, ਇਹ ਗੱਲ ਮੈਂ ਮੰਨਦੀ ਹਾਂ। ਹਾਂ, ਤੇ ਹੁਣ ਦੱਸੋ ਤੁਸੀਂ ਕੀ ਕਰ ਲੈ ਗਈ? ਹਾਂ, ਮਿਸ਼ਰੀ ਤੇ ਨੀਟਾ, ਮਿਸ਼ਰੀ ਤੇ ਨੀਟਾ, ਹਾਂ, ਦੋਨੋਂ ਲੈ ਕੇ ਭੱਜ ਗਏ, ਦੋਨੋਂ ਪੈਸੇ ਲੈ ਕੇ ਭੱਜ ਗਏ। ਪਰ ਇਹ ਚੱਕਰ ਕੀ, ਲੋਕਾਂ ਨੂੰ ਕੀ ਚੱਕਰ ਪਾਇਆ ਹੋਇਆ? ਤੁਸੀਂ ਗੋਲਕ ਵੇਖੋ, ਮੈਨੂੰ ਕਿੰਨਾ ਟਾਈਮ ਲੱਗਿਆ ਸ਼ੌਂਕਾਂ ਨੂੰ, ਗੋਲਕ, ਬੁਗਨੀ, ਬੈਂਕ ਤੇ ਬਟੂਆ। ਪਰ ਇੰਟਰਸਟਿੰਗ ਹੈ ਕਿ ਨਹੀਂ? ਬਹੁਤ ਸੋਹਣਾ ਆ ਟ੍ਰੇਲਰ, ਬਾਈ ਗੋਡ, ਸੱਚੀ, ਔਰ ਸਾਰਿਆਂ ਨੂੰ ਬਹੁਤ ਸੋਹਣਾ ਲੱਗਿਆ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਹਰ ਇੱਕ ਕਰੈਕਟਰ ਜਿੰਨਾ ਵੀ ਟ੍ਰੇਲਰ 'ਚ ਅਸੀਂ ਦੇਖਿਆ ਆ, ਇੰਨੇ ਵਾਰੀ ਦੇਖ ਚੁੱਕੇ ਹਾਂ ਅਸੀਂ, ਬਹੁਤ ਸੋਹਣਾ ਆ। ਪੂਰਾ ਟ੍ਰੇਲਰ ਹੀ ਬਹੁਤ ਮਿਹਨਤ ਲੱਗੀ ਆ ਜੀ ਸਾਰਿਆਂ ਦੀ, ਮਿਸ਼ਰੀ ਤੇ ਨੀਟਾ, ਹਰੀਸ਼ ਜੀ ਨਾਲ ਪਹਿਲੀ ਵਾਰੀ ਕੰਮ ਕੀਤਾ ਮੈਂ, ਐਂਡ ਬਹੁਤ ਜ਼ਿਆਦਾ ਵਧੀਆ ਲੱਗਿਆ ਉਹਨਾਂ ਨਾਲ ਕੰਮ ਕਰਕੇ। ਸੋ ਇਟਸ ਗੋਇੰ ਬੀ ਫਨ, ਐਂਡ ਬਾਕੀ ਸਾਰੇ ਕੈਰੈਕਟਰਸ ਵੀ ਮੈਂ ਪੂਰਾ ਟ੍ਰੇਲਰ ਆਪ, ਮਤਲਬ ਵਧੀਆ ਲੱਗ ਰਿਹਾ ਨਾ ਸਾਰਾ ਕੁਛ। ਅੱਛਾ, ਮੈਨੂੰ ਤਾਂ ਇਹੀ ਆ ਕਿ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗ ਰਿਹਾ ਨਾ, ਬਸ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ। ਤੇ ਇਹ ਮਤਲਬ ਬੜਾ ਸੀਰੀਅਸ ਜਿਹਾ ਕਨਸੈਪਟ ਆਏ ਨਾ, ਤਾਂ ਉਹਨੂੰ ਇੱਕਦਮ ਮਜ਼ਾਕੀਆ ਵੇ ਦੇ ਵਿੱਚ ਲੈ ਕੇ ਆਉਣਾ ਨਾ, ਪ੍ਰੈਜੈਂਟ ਕਰਨਾ, ਔਰ ਉਹ ਟ੍ਰੇਲਰ ਦੇ ਵਿੱਚ ਮੈਨੂੰ ਲੱਗਦਾ ਕਿ ਇੱਕ ਸੈਕਿੰਡ ਬਾਅਦ ਹਰ ਕੋਈ ਹੱਸ ਰਿਹਾ ਹੋਣਾ ਆ, ਹੈ ਨਾ? ਮਤਲਬ ਉਹ ਜਦੋਂ ਤੁਹਾਨੂੰ ਦੱਸਿਆ ਸੀਗਾ ਕਿ ਸਿਮੀ ਆਪਾਂ ਇੱਦਾਂ ਇੱਦਾਂ ਫਿਲਮ ਕਰਨੀ, ਉਹਦੇ 'ਚ ਆਇਆ ਰੋਲ ਆ ਤੇਰਾ ਵੀ ਇੱਦਾਂ ਇੱਦਾਂ ਮਿਸ਼ਰੀ ਬਣਨਾ, ਕੀ ਸੋਚਿਆ ਸੀ ਆਪਾਂ? ਕੁਛ ਕਿਹਾ ਸੀ ਭਾਜੀ ਇੱਦਾਂ ਕੁਛ ਹੋ ਜੂਗਾ ਵੀ, ਹੋਜੂਗਾ ਕੁਛ, ਆਇਆ ਸੀ ਦਿਮਾਗ ਦੇ ਵਿੱਚ? ਨਹੀਂ, ਇੱਕ ਤਾਂ ਜਿਹੜੀ ਇਹ ਟੀਮ ਆ ਨਾ, ਰਿਦਮ ਵੋਇਸ, ਇਹ ਸਾਰੇ ਹਮੇਸ਼ਾ ਬਹੁਤ ਹੀ ਕੁਛ ਵਧੀਆ ਕਰਦੇ ਨੇ ਜਦੋਂ ਵੀ ਕਰਦੇ ਨੇ, ਹੈ ਨਾ? ਤਾਂ ਸਰ ਨੇ ਜਦੋਂ ਪਹਿਲੀ ਵਾਰੀ ਦੱਸਿਆ ਸੀ, ਇਹ ਧੀਰਜ ਰਤਨ ਜੀ ਦੀ ਲਿਖੀ ਹੋਈ ਆ, ਇਸ ਡਨ ਅਮੇਜ਼ਿੰਗ ਜੋਬ, ਤੇ ਕਾਰਤ ਸਰ ਨੇ ਜਦੋਂ ਮੈਨੂੰ ਦੱਸਿਆ ਕਨਸੈਪਟ, ਆਈ ਵਾਸ ਵੈਰੀ ਹੈਪੀ। ਔਰ ਇੱਕ ਗੱਲ ਹੋਰ ਆ, ਪਹਿਲਾਂ ਨਾ ਇਹ ਮੂਵੀ ਦਾ ਉਦੋਂ ਤੱਕ ਨਾ ਹੀ ਨਹੀਂ ਸੀ ਡਿਸਾਈਡਿਡ, ਨਾ ਬਹੁਤ ਬਾਅਦ 'ਚੋਂ ਡਿਸਾਈਡ ਹੋਇਆ,
ਅੱਛਾ ਤਾਂ ਪਹਿਲਾਂ ਸਾਡੀ ਮੂਵੀ ਬੇਨਾਮੀ ਸੀ ਸ਼ੂਟ ਤੱਕ ਸੋ ਇਹ ਨਹੀਂ ਸੀ ਕਿ ਪਹਿਲਾਂ ਹੀ ਮੈਂ ਨਾਮ ਸੁਣਿਆ ਹੋਇਆ ਸੀ ਪਹਿਲਾਂ ਮੈਂ ਕਨਸੈਪਟ ਸੁਣਿਆ ਮੈਂ ਮਿਸ਼ਰੀ ਦਾ ਕੈਰੈਕਟਰ ਸੁਣਿਆ ਨੀਟਾ ਜੀ ਦਾ ਕੈਰੈਕਟਰ ਬਹੁਤ ਵਧੀਆ ਤੇ ਮਿਸ਼ਰੀ ਤੇ ਨੀਟੇ ਦੋਨੋਂ ਹੀ ਬਹੁਤ ਕਿਊਟ ਜਿਹੇ ਕੈਰੈਕਟਰ ਨੇ ਤੁਹਾਨੂੰ ਵੈਸੇ ਹੀ ਪਿਆਰ ਹੋ ਜਾਊਗਾ ਦੋਨੋਂ ਨਾਲ ਤੇ ਮਿਸ਼ਰੀ ਬਹੁਤ ਡਿਫਰੈਂਟ ਆ ਜਿਹਦੇ ਤੋਂ ਮੈਂ ਅੱਜ ਤੱਕ ਜੋ ਕਰਦੀ ਆਈ ਹਾਂ ਉਹ ਤਾਂ ਬਹੁਤ ਕੁਛ ਬਹੁਤ ਡਿਫਰੈਂਟ ਆ ਤੇ ਇਹ ਜੀ ਗੋਲਕ ਬੁਗਨੀ ਬੈਂਕ ਤੇ ਬਟੂਆ ਤਾਂ ਫਿਰ ਤੁਸੀਂ ਹੁਣ 13 April ਨੂੰ ਦੇਖ ਹੀ ਲੈਣਾ ਹਾਂ ਬਿਲਕੁਲ ਸਾਰਿਆਂ ਨੇ ਤੇ ਮੈਨੂੰ ਸਾਰਿਆਂ ਨੇ ਦੱਸਣਾ ਦੇਖ ਕੇ ਬਿਲਕੁਲ ਬਿਲਕੁਲ ਸਾਰਿਆਂ ਨੂੰ ਜਾਂ ਕਿਤੇ ਵੀ ਜਿੱਥੇ ਵੀ ਤੁਸੀਂ ਕਨੈਕਟ ਹੋ ਸਕਦੇ ਹੋ ਇੰਸਟਾਗ੍ਰਾਮ ਤੇ ਸਨੈਪਚੈਟ ਤੇ ਫੇਸਬੁੱਕ ਤੇ ਸਾਰੀ ਜਗ੍ਹਾ ਕਮੈਂਟਸ ਕਰਕੇ ਸ਼ੌਂਕਣ ਜੀ ਇਹਨਾਂ ਨੂੰ ਕਹਿ ਦੋ ਵੀ ਦੱਸਣਾ ਬਿਲਕੁਲ ਸਾਰਿਆਂ ਨੇ ਦੱਸਣਾ ਬਾਈ ਸਿਮੀ ਨੇ ਤਾਂ ਮਿਸ਼ਰੀ ਕਿਵੇਂ ਦੀ ਲੱਗੀ ਹੈਨਾ ਹਾਂਜੀ ਨਹੀਂ ਸਾਰੀ 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 ਹਾਂ ਮਿਸ਼ਰੀ ਵੀ ਨੀਟਾ ਵੀ ਐਵਰੀ ਸਾਰੀ ਇੱਕ ਇੱਕ ਕੈਰੈਕਟਰ ਸਾਰੇ ਜਣੇ ਤੁਹਾਨੂੰ ਕਿਵੇਂ ਲੱਗੇ ਫਿਲਮ ਕਿਵੇਂ ਦੀ ਲੱਗੀ ਫਿਲਮ ਕਿੱਦਾਂ ਲੱਗੀ ਸਟੋਰੀ ਕਿਵੇਂ ਲੱਗੀ ਸਾਰਾ ਕੁਝ ਔਰ 13 April ਨੂੰ ਜਾ ਕੇ ਸਾਰਿਆਂ ਨੇ ਵੇਖਣੀ ਆ ਗੋਲਕ ਬੁਗਨੀ ਬੈਂਕ ਤੇ ਬਟੂਆ ਭਾਣ ਹੁਣ ਇਹਨਾਂ ਨੂੰ ਦੇ ਦਾਂਗੇ ਤਾਂ ਕਿ ਸਾਨੂੰ ਪੈਸੇ ਦੇ ਦੇਣ ਰੱਖ ਲੂੰਗੀ ਕੋਈ ਗੱਲ ਨਹੀਂ ਜਦੋਂ ਪੈਸੇ ਮੈਨੂੰ ਵਾਪਸ ਮਿਲ ਗਏ ਮੈਂ ਤੈਨੂੰ ਦੇ ਦੂੰਗੀ ਪੱਕਾ ਨਾ ਹਾਂਜੀ ਚਲੋ ਠੀਕ ਆ ਅੱਛਾ ਸਿੰਮੀ ਹੁਣ ਗੋਲਕ ਬੁਗਨੀ ਬੈਂਕ ਤੇ ਬਟੂਆ ਤੋਂ ਬਾਅਦ ਇੱਕ ਚੀਜ਼ ਮੈਂ ਤੁਹਾਨੂੰ ਹੋਰ ਪੁੱਛਣੀ ਆ ਹਾਂਜੀ ਹਾਂਜੀ ਮਤਲਬ ਤੁਸੀਂ ਆਪਣੇ ਘਰ ਦਾ ਸਮਾਨ ਇਕੱਠਾ ਕਰ ਰਹੇ ਹੋ ਜਾਂ ਦਾਜ ਦਾ ਸਮਾਨ ਇਕੱਠਾ ਕਰ ਰਹੇ ਹਾਂ ਹਾਂ ਕਿੱਦਾਂ ਮਤਲਬ ਦੇਖੋ ਪਹਿਲਾਂ ਇਹ ਬੰਬੂ ਕੱਟ ਲੈ ਕੇ ਆਈ ਹਾਂਜੀ ਫਿਰ ਇਹ ਰੱਬ ਦਾ ਰੇਡੀਓ ਲੈ ਕੇ ਆਈ ਹਾਂਜੀ ਹਨਾ ਫਿਰ ਗੋਲਕ ਬੁਗਨੀ ਬੈਂਕ ਦੇ ਬਟੂਆ ਵੀ ਲੈ ਕੇ ਆਏ ਤੇ ਆ ਰਹੇ ਨੇ ਆ ਜਾਣਾ ਨੇ 13 April ਹਾਂਜੀ ਹਨਾ ਤੇ ਫਿਰ ਹੁਣ ਤੁਹਾਡਾ ਮਤਲਬ ਤੁਹਾਨੂੰ ਭੁੱਖ ਲੱਗੀ ਇੰਨਾ ਸਮਾਨ ਇਕੱਠਾ ਕਰਕੇ ਕਿ ਹੁਣ ਤੁਸੀਂ ਦਾਣਾ ਪਾਣੀ ਲੈ ਕੇ ਆ ਰਹੇ ਹੋ ਹੈ ਜੇ ਕੁਝ ਹੋਰ ਵੀ ਲੈ ਕੇ ਆ ਰਿਹਾ ਮੈਨੂੰ ਦੱਸ ਦਿਓ ਪਲੀਜ਼ ਮੈਂ ਬੋਲਦਾ ਇਹਨਾਂ ਨੂੰ ਦੱਸਦਾ ਹਾਂਜੀ ਜੀ 4th May ਨੂੰ ਦਾਣਾ ਪਾਣੀ ਆ ਰਹੀ ਹੈ ਜਿਮੀ ਸਰ ਨਾਲ ਤੇ ਉਹਦੇ ਵਾਸਤੇ ਵੀ ਮੈਂ ਇਕੁਅਲੀ ਐਕਸਾਈਟਿਡ ਆ ਤੇ ਇਟਸ ਓਵਰਵੈਲਮਿੰਗ ਐਕਚੁਅਲੀ ਬਹੁਤ ਖੁਸ਼ੀ ਹੁੰਦੀ ਆ ਹਨਾ ਐਜ਼ ਐਨ ਆਰਟਿਸਟ ਵੀ 2 months ਦੋ ਮਹੀਨੇ ਦੋ ਮੂਵੀਆਂ ਸੋ ਕਿਆ ਬਾਤ ਹੈ ਬਸ ਅੱਛਾ ਸਾਰਿਆਂ ਦਾ ਪਿਆਰ ਚਾਹੀਦਾ ਉਹ ਕਿਵੇਂ ਦੀ ਉਹਦੀ ਸਟੋਰੀ ਹੈਗੀ ਹੈ ਦਾਣਾ ਪਾਣੀ ਦੀ ਮਤਲਬ ਸੀਰੀਅਸ ਹੈ ਉਹ ਜੀ ਇਟਸ ਵੈਰੀ ਇਮੋਸ਼ਨਲ ਉਹ ਇਮੋਸ਼ਨਲ ਆ ਤੇ ਇੱਕ ਇਹੋ ਜਿਹੇ ਪਹਿਲੂ ਨੂੰ ਟੱਚ ਕਰੂਗੀ ਉਹ ਜਿਹਦੇ ਨਾਲ ਹਰ ਕੋਈ ਰਿਲੇਟ ਕਰੂਗਾ ਅੱਛਾ ਸਪੈਸ਼ਲੀ ਕੁੜੀਆਂ ਬਟ ਫਿਰ ਵੀ ਮੈਂ ਕਹਿ ਰਹੀ ਹਾਂ ਕੁੜੀਆਂ ਤਾਂ ਕਰਨਗੀਆਂ ਕਰਨਗੀਆਂ ਪਰ ਹਰ ਕੋਈ ਕਰੂਗਾ ਮਤਲਬ ਇੱਕ ਤਾਂ ਪੀਰੀਅਡ ਫਿਲਮਾਂ ਅਗੇਨ ਹੈ ਨਾ ਮਿਸ਼ਰੀ ਤੋਂ ਬਾਅਦ ਇੱਕਦਮ ਬਸੰਤ ਕੌਰ ਵਾਪਸ ਤੇ ਉਸ ਤੋਂ ਬਾਅਦ ਬਸੰਤ ਕੌਰ ਬਹੁਤ ਹੀ ਪੇਸ਼ੈਂਸ ਵਾਲੀ ਬਹੁਤ ਹੀ ਚੁੱਪ ਬਹੁਤ ਹੀ ਸ਼ਾਂਤ ਸੁਭਾਅ ਦੀ ਤੇ ਬਹੁਤ ਹੀ ਸਮਝਦਾਰ ਕੁੜੀ ਆ ਵੈਰੀ ਨਾਈਸ ਵੈਰੀ ਸਵੀਟ ਇੰਨਾ ਘੱਟ ਬੋਲਦੀ ਆ ਨਾ ਉਹ ਸ਼ੌਂਕਣ ਜੀ ਕਿ ਜਿੱਥੇ ਲੋਡ ਪੈਂਦੀ ਆ ਉੱਥੇ ਵੀ ਨਹੀਂ ਬੋਲਦੀ ਸ਼ਾਇਦ ਮਤਲਬ ਬਹੁਤ ਚਲੋ ਜੀ ਤੁਹਾਡੇ ਅਗਲੇ ਪ੍ਰੋਜੈਕਟਸ ਲਈ ਜਿਹੜੇ ਵੀ ਤੁਸੀਂ ਕਰੋਗੇ ਗੁੱਡ ਲੱਕ ਆ ਥੈਂਕ ਯੂ ਤੇ ਤੁਸੀਂ ਆਪਣੇ ਫੈਨਸ ਨੂੰ ਕੁਝ ਕਹਿਣਾ ਚਾਹੁੰਦੇ ਹੋ ਤਾਂ ਪਲੀਜ਼ ਜੀ ਕੱਲ ਮੂਵੀ ਆ ਰਹੀ ਆ ਕੱਲ 13 April ਫਰਾਈਡੇ ਪਲੀਜ਼ ਆਪਣੇ ਪਰਿਵਾਰ ਨਾਲ ਜਾਓ ਤੇ ਦੇਖ ਕੇ ਆਓ ਤੇ ਸਾਨੂੰ ਦੱਸੋ ਇਟਸ ਅ ਫੈਮਿਲੀ ਮੂਵੀ ਮੈਨੂੰ ਪੱਕਾ ਇੰਸਟਾਗ੍ਰਾਮ ਫੇਸਬੁੱਕ ਸਨੈਪਚੈਟ ਜਿੱਥੇ ਵੀ ਤੁਸੀਂ ਦੱਸ ਸਕਦੇ ਹੋ ਕਮੈਂਟ ਕਰਕੇ ਤੁਸੀਂ ਪੱਕਾ ਦੱਸਣਾ ਵੀ ਤੁਹਾਨੂੰ ਮੂਵੀ ਕਿਹੋ ਜਿਹੀ ਲੱਗੀ ਮਿਸ਼ਰੀ ਕਿਹੋ ਜਿਹੀ ਲੱਗੀ ਨੀਟਾ ਕਿਹੋ ਜਿਹਾ ਲੱਗਿਆ ਔਰ ਬਾਕੀ ਸਾਰੇ ਕੈਰੈਕਟਰਸ ਕਿਹੋ ਜਿਹੇ ਲੱਗੇ ਰਿਦਮ ਬੋਇਜ਼ ਦੀ ਮੂਵੀ ਆ ਸ਼ਿਤਤ ਸਰ ਨੇ ਡਾਇਰੈਕਟ ਕੀਤੀ ਆ ਧੀਰਜ ਰਤਨ ਜੀ ਨੇ ਲਿਖੀ ਆ ਪਲੀਜ਼ ਦੇਖ ਕੇ ਆਓ ਤੇ ਮੈਨੂੰ ਦੱਸੋ ਪਲੀਜ਼ ਦੇਖ ਕੇ ਆਓ ਨਾ ਜਾਓ ਨਾ ਕੱਲ ਮਿਲਦੇ ਆ ਆਪਾਂ ਕਿਸੇ ਵੀ ਹਾਲ 'ਚ ਬੇਸਿਕਲੀ ਚਾਹੇ ਮੋਹਾਲੀ ਚਾਹੇ ਚੰਡੀਗੜ੍ਹ ਮੈਂ ਸਰਪ੍ਰਾਈਜ਼ ਦੇਣ ਆਊਂਗਾ ਬਿਲਕੁਲ ਬਿਲਕੁਲ ਕਿਤੇ ਵੀ ਮਿਲ ਸਕਦੇ ਤੁਹਾਨੂੰ ਸਾਰਿਆਂ ਨੇ ਦੇਖਣੀ ਆ ਫਿਲਮ ਜਾ ਕੇ ਤੇ ਫਿਰ ਹੁਣ ਆਪਾਂ ਚੱਲੀਏ ਫਿਰ ਹੁਣ ਦੇਖ ਲਓ ਮੇਰੇ ਜੀ ਤਾਂ ਨਹੀਂ ਕਰ ਰਿਹਾ ਵੈਸੇ ਹਾਂ ਤੇ ਫਿਰ ਜੇਕਰ ਤੁਸੀਂ ਵੀ ਆਪਣੇ ਕੈਨਕੈਨ ਸਲੈਬਸ ਨੂੰ ਮਿਲਣਾ ਚਾਹੁੰਦੇ ਹੋ ਤਾਂ ਫਿਰ ਸ਼ੌਂਕਣ ਦੇ ਸੁਪਨੇ ਵਿੱਚ ਆਉਣਾ ਪੈਣਾ ਤੇ #ਸ਼ੌਂਕਣ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਆਹ